ਭਾਰਤ ਜੋੜੋ ਯਾਤਰਾ ਜਿਹੜੀ ਰਾਹੁਲ ਗਾਂਧੀ ਅੱਜ ਤੋਂ ਪੰਜਾਬ ਦੇ ਵਿੱਚ ਜਿਹੜੀ ਐਂਟਰੀ ਹੋ ਰਹੀ ਹੈ ਕੀ ਕਹੋਗੇ ਤੁਸੀਂ ਜਿਹੜਾ ਗਾਂਧੀ ਪਰਿਵਾਰ ਹੈ ਭਾਰਤ ਜੋੜਨ ਦੀ ਬਜਾਏ ਅੱਤੋਂ ਕੁਣ ਤੇ ਲੱਗਿਆ ਸੀ ਆਈ ਪਰਿਵਾਰ ਹੈ ਜਿਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਈ ਪਰਿਵਾਰ ਹੈ ਜਿਹਨੇ ਹਜ਼ਾਰਾਂ ਭੈਣ ਸਿੱਖ ਭੈਣ ਭਰਾਵਾਂ ਤੇ ਕਤਲ ਕਰਕੇ ਉਹਨੂੰ ਇਨਸਾਫ਼ ਨਹੀਂ ਦਵਾਉਣ ਦਿੱਤਾ ਆਈ ਪਰਿਵਾਰ ਹੈ ਜਿਹਨੇ ਪੰਜਾਬ ਦਾ ਪਾਣੀ ਖੋਇਆ ਜਿੰਨਾ ਪੰਜਾਬ ਦਾ ਪਾਣੀ ਹੈ ਜੇ ਰਾਜਸਥਾਨ ਗਿਆ ਜਾਂ ਹਰਿਆਣੇ ਜਾਣਾ ਪੈ ਰਿਹਾ ਜਾ ਰਿਹਾ ਸੀ ਮਿਹਰਬਾਨੀ ਗਾਂਧੀ ਪਰਿਵਾਰ ਦੀ ਇੰਦਰਾ ਗਾਂਧੀ ਦੀ ਕਰਕੇ ਉਹਨੇ ਦਰਬਾਰਾ ਸਿੰਘ ਉਦੋਂ ਚੀਫ ਮਿਨਿਸਟਰ ਸੀ ਧੱਕੇ ਨਾਲ ਰਾਜਸਥਾਨ ਦੀ ਨਹਿਰ ਕੱਢੀ ਜਿਹੜਾ ਅੱਜ ਪਾਣੀ ਜਾ ਰਿਹਾ ਇੰਦਰਾ ਗਾਂਧੀ ਨੇ ਕਢਾਇਆ ਉਵੇਂ ਹੀ ਜਿਹੜਾ ਐਸਵਾਇਲ ਨਹਿਰ ਉਹ ਵੀ ਇੰਦਰਾ ਗਾਂਧੀ ਨੇ ਐਸਵਾਇਲ ਨਹਿਰ ਦਾ ਨੀਂਹ ਪੱਥਰ ਰੱਖਿਆ ਅਤੇ ਮਨਜ਼ੂਰੀ ਦਿੱਤੀ ਸੀ ਤੋ ਇਸ ਕਰਕੇ ਆ ਜਿਹੜਾ ਖਾਨਦਾਨ ਹੈ ਨਹਿਰੂ ਜਿੰਨਾ ਨੁਕਸਾਨ ਇਸ ਪਰਿਵਾਰ ਨੇ ਅਤੇ ਕਾਂਗਰਸ ਪਾਰਟੀ ਨੇ ਪੰਜਾਬ ਦਾ ਕੀਤਾ ਮੈਨੂੰ ਲੱਗਦਾ ਹੋਰ ਕੋਈ ਕਰ ਨਹੀਂ ਸਕਦਾ ਆ ਇੱਕ ਡਰਾਮਾ ਹੈ ਦਿਲੋਂ ਬੰਦੇ ਜੋੜਨਾ ਤਾਂ ਗੱਲ ਹੁੰਦੀ ਹੈ ਦਿਲੋਂ ਡਰਾਮਾ ਕਰਨਾ ਤਾਂ ਕੋਈ ਮਰਜ਼ੀ ਕਰ ਲੈ ਮੇਰਾ ਰਾਹੁਲ ਗਾਂਧੀ ਨੂੰ ਇੱਕੋ ਹੀ ਸਵਾਲ ਹੈ ਕਿ ਤੁਸੀਂ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਤਾਂ ਉਸ ਯਾਤਰਾ ਦੇ ਵਿੱਚ ਕੀ ਜੋੜਿਆ ਤੁਸੀਂ ਮੈਂ ਗੱਲ ਅੱਜ ਸਿਰਫ ਪੰਜਾਬ ਤੱਕ ਸੀਮਤ ਰੱਖੂੰਗਾ ਜੇ ਪੰਜਾਬ ਨੂੰ ਖਰਾਬ ਕੀਤਾ ਪੰਜਾਬ ਨੂੰ ਤੋੜਿਆ ਉਹ ਕਾਂਗਰਸ ਜ਼ਿੰਮੇਵਾਰ ਆ ਉਹਦੇ ਲਈ ਅਤੇ ਵਿਸ਼ੇਸ਼ ਤੌਰ 'ਤੇ ਉਹਦੇ ਲਈ ਇੰਦਰਾ ਗਾਂਧੀ ਅਤੇ ਇੰਦਰਾ ਗਾਂਧੀ ਦਾ ਪਰਿਵਾਰ ਕੀ ਰਾਹੁਲ ਗਾਂਧੀ ਪੰਜਾਬ ਵਿੱਚ ਆ ਕੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਗੱਲਾਂ ਦਾ ਜਵਾਬ ਦੇਊਗਾ ਜਿਹੜਾ ਪੰਜਾਬ ਦਾ ਨੁਕਸਾਨ ਪੰਜਾਬ ਦਾ ਵਿਰੋਧ ਪੰਜਾਬ ਦਾ ਇਕਨੋਮਿਕਲੀ ਪੰਜਾਬ ਦਾ ਜੀਓਗ੍ਰਾਫਿਕਲੀ ਪੰਜਾਬ ਦਾ ਪੋਲੀਟੀਕਲੀ ਅਤੇ ਪੰਜਾਬ ਦਾ ਫਿਜ਼ੀਕਲੀ ਨੁਕਸਾਨ ਕਾਂਗਰਸ ਵੇਲੇ ਹੋਇਆ ਉਹਦੇ ਲਈ ਰਾਹੁਲ ਗਾਂਧੀ ਆਪਣੀ ਜ਼ਿੰਮੇਵਾਰੀ ਲਊਗਾ ਸਭ ਤੋਂ ਪਹਿਲਾਂ ਮੈਂ ਸਵਾਲ ਕਰਦਾ ਰਾਹੁਲ ਜੀ ਪੰਜਾਬ ਦੇ ਲੋਕ ਤੁਹਾਤੋਂ ਜਵਾਬ ਪੁੱਛਦੇ ਨੇ ਪਹਿਲਾਂ ਕਿ ਤੁਹਾਡੀ ਦਾਦੀ ਇੰਦਰਾ ਗਾਂਧੀ ਉਸ ਵੇਲੇ ਪ੍ਰਧਾਨ ਮੰਤਰੀ ਸੀ ਜਦ ਪੰਜਾਬੀ ਸੂਬਾ ਹੋਂਦ 'ਚ ਆਇਆ ਤੁਸੀਂ ਇਸ ਗੱਲ ਦਾ ਜਵਾਬ ਪੰਜਾਬੀਆਂ ਨੂੰ ਇਸ ਜੋੜੋ ਯਾਤਰਾ ਵਿੱਚ ਦੇ ਸਕੋਗੇ ਕਿ ਪੰਜਾਬੀ ਸੂਬਾ ਬਣਾਉਣ ਵੇਲੇ ਇਹਨੂੰ ਲੰਗੜਾ ਲੂਲਾ ਅਤੇ ਬੀ ਹੈਡਡ ਕਿਉਂ ਕੀਤਾ ਗਿਆ ਉਹੀ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਹੈ ਜਿਹਨੇ ਪੰਜਾਬ ਦਾ ਅਤੇ ਸਿੱਖਾਂ ਦਾ ਇੱਕ ਬਹੁਤ ਵੱਡਾ ਕਾਂਡ ਕੀਤਾ ਦੁਨੀਆਂ ਦੇ ਇਤਿਹਾਸ ਦੇ ਵਿੱਚ ਸ਼ਾਇਦ ਹੀ ਕਿਸੇ ਸੂਬੇ ਦਾ ਅਤੇ ਕਿਸੇ ਕੌਮ ਦਾ ਐਡਾ ਵੱਡਾ ਕਾਂਡ ਹੋਇਆ ਹੋਵੇ ਜੋ ਗਾਂਧੀ ਪਰਿਵਾਰ ਅਤੇ ਕਾਂਗਰਸ ਪਾਰਟੀ ਨੇ ਸਿੱਖਾਂ ਦਾ ਕੀਤਾ ਅੱਜ ਇਸ ਮੌਕੇ ਤੇ ਮੇਰਾ ਕਾਂਗਰਸ ਦੀ ਪੰਜਾਬ ਲੀਡਰਸ਼ਿਪ ਖਾਸ ਕਰਕੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਰਾਜਾ ਵੜਿੰਗ ਨੂੰ ਇਹ ਸਵਾਲ ਹੈ ਕਿ ਉਹੀ ਗਾਂਧੀ ਪਰਿਵਾਰ ਹੈ ਇਹ ਉਹੀ ਕਾਂਗਰਸ ਪਾਰਟੀ ਹੈ ਜਿਹਨੇ ਅਕਾਲ ਤਖ਼ਤ ਸਾਹਿਬ ਟੈਂਕਾਂ ਤੋਪਾਂ ਦੇ ਨਾਲ ਢਹਿ ਢੇਰੀ ਕਰ ਦਿੱਤਾ ਇਹ ਉਹੀ ਗਾਂਧੀ ਪਰਿਵਾਰ ਹੈ ਜਿਹਨੇ ਦਿੱਲੀ ਦੀਆਂ ਸੜਕਾਂ ਤੇ ਪੰਜਾਬ ਭਜਾ ਕੇ ਸਿੱਖਾਂ ਦਾ ਕਤਲ ਕੀਤਾ ਤੇ ਬਾਅਦ ਚ ਹੁੱਬ ਕੇ ਇਹ ਗੱਲ ਕਹੀ ਕਿ ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਹਿੱਲਦੀ ਹੈ ਇਹ ਉਹੀ ਗਾਂਧੀ ਪਰਿਵਾਰ ਹੈ ਜਿਹਨੇ ਪੰਜਾਬ ਦੀ ਹਿੱਕ ਪਾੜ ਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਐਸਵਾਈਐਲ ਨਹਿਰ ਬਣਾਈ ਇਹ ਉਹੀ ਗਾਂਧੀ ਪਰਿਵਾਰ ਹੈ ਜਿਹਨੇ ਸਾਰੇ ਦੇਸ਼ ਦੇ ਹੱਕਾਂ ਦੇ ਉੱਤੇ ਡਾਕਾ ਮਾਰਿਆ ਤੇ ਐਮਰਜੈਂਸੀ ਲਾਈ ਤੇ ਅੱਜ ਰਾਜਾ ਵੜਿੰਗ ਤੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਇਸ ਗੱਲ ਦਾ ਜਵਾਬ ਦੇਣ ਕਿ ਰਾਹੁਲ ਗਾਂਧੀ ਦੇ ਕਦਮ ਅੱਜ ਉਸੇ ਪੰਜਾਬ ਦੀ ਧਰਤੀ ਤੇ ਹੋ ਕੇ ਲੰਘਣਗੇ ਉਹ ਸਰਹੰਦ ਜਿੱਥੇ ਬਹੁਤ ਵੱਡੀ ਸ਼ਹੀਦੀ ਹੋਈ ਤੇ ਫਿਰ ਹਰਿਮੰਦਰ ਸਾਹਿਬ ਜਿੱਥੇ ਇੰਦਰਾ ਗਾਂਧੀ ਨੇ ਟੈਂਕਾਂ ਤੋਪਾਂ ਦੇ ਨਾਲ ਸਿੱਖਾਂ ਦੀ ਰੂਹ ਨੂੰ ਛਲਨੀ ਕੀਤਾ ਉਹ ਕਿਹੜੇ ਹੱਕ ਦੇ ਨਾਲ ਇਸ ਪੰਜਾਬ ਦੀ ਧਰਤੀ ਦੇ ਉੱਤੇ ਕਦਮ ਰੱਖ ਰਿਹਾ ਕੀ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਤੇ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਪੰਜਾਬ ਦੀ ਉਹ ਸ਼ਹੀਦੀਆਂ ਨੂੰ ਭੁੱਲੀ ਹੈ ਜਾਂ ਸਿੱਖਾਂ ਦੇ ਹੋਏ ਉਸ ਕਾਂਡ ਨੂੰ ਭੁੱਲੀ ਹੈ ਜਾਂ ਤਾਂ ਅੱਜ ਰਾਹੁਲ ਗਾਂਧੀ ਸਮੇਤ ਸਾਰੀ ਕਾਂਗਰਸ ਪਾਰਟੀ ਸ਼ੰਭੂ ਬਾਰਡਰ ਤੇ ਖੜੀ ਹੋ ਕੇ ਇੰਦਰਾ ਗਾਂਧੀ ਮੁਰਦਾਬਾਦ ਦਾ ਨਾਰਾ ਲਾਵੇ ਫਿਰ ਪੰਜਾਬ ਦੀ ਧਰਤੀ ਦੇ ਉੱਤੇ ਕਦਮ ਰੱਖੇ ਨਹੀਂ ਪ੍ਰਤਾਪ ਬਾਜਵਾ ਤੇ ਰਾਜਾ ਵੜਿੰਗ ਤੇ ਕਾਂਗਰਸ ਦੇ ਪੰਜਾਬ ਦੇ ਲੀਡਰਸ਼ਿਪ ਨੂੰ ਪੰਜਾਬ ਤੇ ਕੌਮ ਕਦੇ ਮਾਫ਼ ਨਹੀਂ ਕਰੇ Subscribe now and press the bell icon. Never miss an update.